दिनों दिन दिल दिया बीमारियां बढ़ी जांदियां ते जिस तरह बीमारियां बढ़ी जा रही उस तरह ही नवे नवे इलाज आ रहे हैं। जदों मरीज नूं पता लगता है कि उन्हें दिल की बीमारी हो गई है, हार्ट अटैक हो गया जां एंजाइना हो गया, तो उन्हें दसिया जाता कि हो सकता तैनूं बाईपास करवाना पए, तो मरीज घबरा के इधर उधर भजना शुरू करते हैं कि किस तरह असी सर्जरी तो बाईपास तो बच सकते हैं। ऐसे सिलसिले दे विच कई नवे इलाज आए हैं जिवें आर्टरी क्लीयरेंस थेरेपी ACT ते एक्सटर्नल काउंटर पल्सेशन। एक्सटर्नल काउंटर पल्सेशन दिल दीआं बीमारियां दा इलाज करन दा ओह तरीका हैगा जिथे कि बिना ऑपरेशन तो, बिना चीरफाड़, बिना अंदर तारा बलून जां स्टेंट पाए हार्ट की बीमारी का एक्सटर्नल काउंटर पल्सेशन दिल दीआं बीमारियां दा इलाज करन दा ओह तरीका हैगा जिथे कि बिना ऑपरेशन तो, बिना चीरफाड़, बिना अंदर तारा बलून जां स्टेंट पाए हार्ट की बीमारी का इस इलाज के दौरान जेड़े कप्स है लत्तां ते है और पट्टां ते और इत्थे कमर ते और बाहां ते असीं बांधदे आ इहदे नाल जेड़ा सारीआं लत्तां दा और बाहां दा जेड़ा प्रेशर है ब्लड दा ओह हार्ट दे उत्ते पैंदा तां कि हार्ट दीआं बंद सानूं असीं खोलदे आ और ये हर धड़कन दे नाल उन्ने वारी मशीन चलदी है और एक घंटे के दौरान कोई 4 to 5 हज़ार जिन्ना कि बंदे दा दिल दी धड़कन दा रेट है उहदे ते डिपेंड करके ये मशीन उन्ने वारी सप्लाई उहनूं हार्ट नूं ज़्यादा प्रेशर नाल करदी है जिहदे नाल कुदरती तौर ते उह नसां फिर फुल जांदी है और सप्लाई परमानेंट और पक्के तौर ते ही वध जांदी है। ये जिहड़े बाहां दे प्रेशर कप्स है इहदे नाल बंदे दे ब्रेन नूं भी ब्लड सप्लाई काफ़ी वधदी है, खून दा दौरा वधदा है और इस दे नाल उहनां दी निगाह ਦਾ ਜਿਹੜਾ ਹੈ ਉਹ ਵੀ ਵੱਧਦੀ ਹੈ ਔਰ ਇਵਨ ਯਾਦਾਸ਼ਤ ਸ਼ਕਤੀ ਹੋਵੇ ਉਹਦੀ ਕੋਈ ਤਕਲੀਫ ਹੋਵੇ ਉਹਨੂੰ ਵੀ ਫਾਇਦਾ ਹੁੰਦਾ ਹੈ। ਇੱਕ ਘੰਟੇ ਦੇ ਇਲਾਜ ਦੇ ਦੌਰਾਨ ਪੇਸ਼ੈਂਟ ਦੀ ECG ਉਹਨਾਂ ਦਾ ਕਿਵੇਂ ਚੱਲ ਰਿਹਾ ਹੈਗਾ ਔਰ ਉਸੇ ਦੌਰਾਨ ਜਿਹੜਾ ਹੈ ਉਹਨਾਂ ਦਾ ਪ੍ਰੈਸ਼ਰ ਦਾ ਵਧਣਾ ਔਰ ਘਟਣਾ ਔਰ ਉਹਦੇ ਨਾਲ ਜਿਹੜਾ ਪਲਸ ਦਾ ਪ੍ਰੈਸ਼ਰ ਹੈ ਉਹਦੇ ਤੇ ਕਾਊਂਟਰ ਪਲਸ ਬਣ ਰਹੀ ਹੈ ਜਾਂ ਨਹੀਂ ਇਹ ਸਾਰੀਆਂ ਚੀਜ਼ਾਂ ਦਾ ਮਸ਼ੀਨ ਦੇ ਉੱਤੇ ਸਾਨੂੰ ਪਤਾ ਲੱਗਦਾ ਰਹਿੰਦਾ ਔਰ ਜਿੰਨਾ ਪ੍ਰੈਸ਼ਰ ਅਸੀਂ ਦੇਣਾ ਚਾਹੁੰਦੇ ਹਾਂ ਜਿੰਨਾ ਪੇਸ਼ੈਂਟ ਦਾ ਇਹਨੂੰ ਅਸੀਂ ਵਧਾ ਘਟਾਉਂਦੇ ਹਾਂ ਉਹਦੇ ਮੁਤਾਬਿਕ ਜੋ ਰਿਕੁਆਇਰਮੈਂਟ ਹੈ ਪੇਸ਼ੈਂਟ ਦੀ ਜ਼ਰੂਰਤ ਦੇ ਮੁਤਾਬਿਕ ਉਹਨਾਂ ਨੂੰ ਕਿੰਨੀ ਬਿਮਾਰੀ ਹੈ ਇਹ ਸਾਰੀਆਂ ਚੀਜ਼ਾਂ ਕੇਅਰਫੁਲੀ ਮੋਨੀਟਰ ਕਰਕੇ ਔਰ ਨਾਲ ਦੀ ਨਾਲ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਚੈੱਕ ਕਰਦੇ ਰਹਿੰਦਾ ਕੀਤਾ ਜਾਂਦਾ। ਇਹ ਇੰਨਾ ਕੰਫਰਟੇਬਲ ਇਲਾਜ ਹੈ ਕਿ ਇਸ ਦੇ ਬਾਅਦ ਪੇਸ਼ੈਂਟਸ ਉੱਠ ਕੇ ਕੋਈ ਵੀ ਕੰਮ ਕਰ ਸਕਦੇ ਹਨ, ਉਹ ਤੁਰ ਕੇ ਅੰਦਰ ਆਉਂਦੇ ਹਨ, ਤੁਰ ਕੇ ਜਾਂਦੇ ਹਨ, ਬਾਹਰ ਜਾਂਦੇ ਹਨ ਔਰ ਉਹਨਾਂ ਨੂੰ ਕੋਈ ਹਸਪੀਟਲ ਵਿੱਚ ਦਾਖਲ ਹੋਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਪਲਸੇਸ਼ਨ ਐਕਸਟਰਨਲ ਕਾਊਂਟਰ ਪਲਸੇਸ਼ਨ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਦਾ ਉਹ ਤਰੀਕਾ ਹੈਗਾ ਜਿੱਥੇ ਕਿ ਬਿਨਾਂ ਆਪਰੇਸ਼ਨ ਤੋਂ, ਬਿਨਾਂ ਚੀਰਫਾੜ, ਬਿਨਾਂ ਅੰਦਰ ਤਾਰਾਂ ਬਲੂਨ ਜਾਂ ਸਟੈਂਟ ਪਾਏ ਹਾਰਟ ਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ। ਇਹਦੇ ਵਿੱਚ ਕੋਈ ਹਸਪਤਾਲ ਦਾਖਲ ਹੋਣ ਦੀ ਲੋੜ ਨਹੀਂ ਹੈਗੀ ਤੇ ਨਾ ਹੀ ਆਪਣੇ ਕੰਮ ਤੋਂ ਛੁੱਟੀ ਲੈਣ ਦੀ ਲੋੜ ਹੈ। ECP ਦਾ ਇਲਾਜ ਇੱਕ ਟਾਈਮ ਤੇ ਇੱਕ ਘੰਟਾ ਕਰੀਦਾ ਹੈਗਾ ਤੇ ਟੋਟਲ 35 ਘੰਟੇ ਇਲਾਜ ਕਰਨ ਦੀ ਜ਼ਰੂਰਤ ਪੈਂਦੀ ਹੈ। 35 ਘੰਟੇ ਇਲਾਜ ਕਰਨ ਦੇ ਨਾਲ 100 to 80-90 ਮਰੀਜ਼ ਠੀਕ ਹੋ ਜਾਂਦੇ ਆ। ਜੇ 35 ਦੀ ਜਗ੍ਹਾ ਤੇ 70 or 105 ਘੰਟੇ ਮਤਲਬ ਕਿ 2 or 3 ਸੈਸ਼ਨ ਕੀਤੇ ਜਾਣ ਤੇ ਸਕਸੈਸ ਰੇਟ 90% to 95% ਤੱਕ ਵੀ ਹੋ ਜਾਂਦਾ ਹੈ। ਇਹ ਇਲਾਜ ਦਿਨ ਦੇ ਚ 1 or 2 ਘੰਟੇ ਰੋਜ਼ ਕੀਤਾ ਜਾ ਸਕਦਾ ਇੱਕ ਸੈਸ਼ਨ ਦੇ ਲਈ ਜਿਹੜਾ ਕਿ 35 ਘੰਟੇ ਦਾ। ਜੇ 1 ਘੰਟਾ ਰੋਜ਼ ਕਰਦੇ ਆ ਤੇ 35 ਦਿਨਾਂ ਚ ਖਤਮ ਹੋ ਜਾਂਦਾ ਤੇ ਜੇ ਆਪਾਂ 2 ਘੰਟੇ ਰੋਜ਼ ਕਰਦੇ ਆ ਤੇ ਅੱਧਾ ਟਾਈਮ ਮਤਲਬ 18-19 ਦਿਨ ਦੇ ਵਿੱਚ ਇਲਾਜ ਕੰਪਲੀਟ ਕੀਤਾ ਜਾ ਸਕਦਾ। ECP ਉਹਨਾਂ ਸਾਰੇ ਮਰੀਜ਼ਾਂ ਲਈ ਲਾਭਦਾਇਕ ਆ ਜਿਨ੍ਹਾਂ ਨੂੰ ਕਿ ਕਿਹਾ ਜਾਂਦਾ ਹੈਗਾ ਕਿ ਤੁਸੀਂ ਆਪਰੇਸ਼ਨ ਕਰਵਾ ਲਓ। ਮਰੀਜ਼ ਸਾਨੂੰ ਪੁੱਛਦੇ ਆ ਕਿ ਸਾਨੂੰ ਕਿਵੇਂ ਪਤਾ ਲੱਗੂ ਕਿ ਅਸੀਂ ਪਹਿਲੇ ਨਾਲੋਂ ਠੀਕ ਆ। ਇਹਦੇ 2-3 ਤਰੀਕੇ ਆ। ਸਭ ਤੋਂ ਸੌਖਾ, ਸਭ ਤੋਂ ਸਸਤਾ ਤੇ ਸਭ ਤੋਂ ਕਾਮਨ ਤਰੀਕਾ ਜਿਹੜਾ ਹੈਗਾ ਪਤਾ ਕਰਨ ਦਾ ਉਹ ਹੈਗਾ ਕਿ ਮਰੀਜ਼ ਪਹਿਲੇ ਨਾਲੋਂ ਜ਼ਿਆਦਾ ਤੁਰ ਸਕਦਾ ਹੈਗਾ, ਪਹਿਲੇ ਨਾਲੋਂ ਤੇਜ਼ ਤੁਰ ਸਕਦਾ, ਪਹਿਲੇ ਨਾਲੋਂ ਘੱਟ ਦਰਦ ਹੁੰਦਾ ਛਾਤੀ ਦੇ ਵਿੱਚ ਤੇ ਦਵਾਈਆਂ ਦੀ ਤੇ ਸੋਬਡੇਟ ਦੀ ਗੋਲੀ ਦੀ ਲੋੜ ਵੀ ਪਹਿਲੇ ਨਾਲੋਂ ਕਾਫੀ ਘੱਟ ਜਾਂਦੀ ਆ ਤੇ ਮਰੀਜ਼ ਸਮਝ ਜਾਂਦਾ ਕਿ ਮੈਂ ਪਹਿਲੇ ਨਾਲੋਂ ਠੀਕ ਹੋ ਚੱਲਿਆ। ਇਹਦੇ ਇਲਾਵਾ ਕੁਝ ਹੋਰ ਟੈਸਟ ਅਵੇਲੇਬਲ ਆ ਜਿਹਦੇ ਨਾਲ ਪਤਾ ਲੱਗ ਸਕਦਾ ਕਿ ਮਰੀਜ਼ ਪਹਿਲੇ ਨਾਲੋਂ ਇੰਪਰੂਵ ਕਰ ਗਿਆ, ਜਿਵੇਂ TMT ਇੰਪਰੂਵ ਕਰ ਜਾਂਦਾ ਹੈਗਾ, ECO ਦੇ ਵਿੱਚ ਇਜੈਕਸ਼ਨ ਫ੍ਰੈਕਸ਼ਨ ਇੰਪਰੂਵ ਕਰ ਸਕਦਾ ਹੈਗਾ। RGCI ਇੱਕ ਬਹੁਤ ਨਵਾਂ ਟੈਸਟ ਹੈਗਾ ਜਿਹੜਾ ਕਿ ਬਿਨਾਂ ਚੀਰਫਾੜ ਦੇ, ਬਿਨਾਂ ਅੰਦਰ ਤਾਰਾਂ ਵਗੈਰਾ ਪਾਏ ਘੰਟੇ ਦੇ ਵਿੱਚ ਵਿੱਚ ਦੱਸ ਦਿੰਦਾ ਹੈਗਾ ਕਿ ਹਾਰਟ ਨੂੰ ਪਹਿਲੇ ਨਾਲੋਂ ਕਿੰਨਾ ਬਲੱਡ ਜ਼ਿਆਦਾ ਜਾ ਰਿਹਾ ਹੈਗਾ, ਕਿੰਨੀ ਆਕਸੀਜਨ ਜ਼ਿਆਦਾ ਜਾ ਰਹੀ ਹੈਗੀ।
ईसीपी इलाज तो पहला से कार्डियोवैस्कुलर कार्टोग्राफी इलाज टेस्ट करके देखते हैं हीमेट्रॉन टेस्ट नाल कि हार्ट दे विच किन्नी ब्लड सप्लाई जा रही है किन्ना उसका रेट है और किन्ना उसनों तकलीफ है और किन्नी उसनों जरूरत है इलाज दी और ड्यूरिंग इलाज से ये देख सकते हैं कि किन्ना सानू फायदा होया केड़ी नाड़ी नु किन्ना किन्ना खून जा रहा है और किन्ना किन्ना उस विच रुकावट है इस चीज का पता लगता है और हार्ट के केड़े केड़े पार्ट नु डैमेज है या उसनों डैमेज का खतरा है और किन्ने ज्यादा चांसेस है उस चीज से जिसमें ਅਸੀਂ ਮਾਇਓਕਾਰਡੀਅਲ ਇਨਫੈਕਸ਼ਨ ਕਹਿੰਦੇ ਆ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਨੂੰ ਇਸ ਟੈਸਟ ਤੋਂ ਪਤਾ ਲੱਗਦਾ ਹੈ ਤੇ ਇਹਦੇ ਇਲਾਵਾ ਇੱਕ ਸਟ੍ਰੈਸ ਥੈਲੀਅਮ ਵੀ ਇੱਕ ਟੈਸਟ ਹੈ ਜਿਹੜਾ ਕਿ ਦੱਸਦਾ ਹੈਗਾ ਕਿ ਹਾਰਟ ਦੀ ਬਲੱਡ ਸਪਲਾਈ ਪਹਿਲੇ ਨਾਲੋਂ ਕਿੰਨੇ ਕਿ ਇੰਪਰੂਵ ਕੀਤੀ ਹੈਗੀ ਤੇ ਕਿਹੜਾ ਕਿਹੜਾ ਏਰੀਆ ਹਾਰਟ ਦਾ ਜਿਹੜਾ ਕਿ ਪਹਿਲੇ ਠੀਕ ਨਹੀਂ ਕੰਮ ਕਰ ਰਿਹਾ ਸੀਗਾ ਤੇ ਹੁਣ ਠੀਕ ਕੰਮ ਕਰ ਰਿਹਾ ਈਸੀਪੀ ਦਿਲ ਦੇ ਮਰੀਜ਼ਾਂ ਲਈ ਇੱਕ ਬਹੁਤ ਅੱਛਾ ਇਲਾਜ ਹੈ ਜਿਹੜੇ ਮਰੀਜ਼ ਪੈਸੇ ਬਣਿਓ ਔਰ ਜਾਂ ਸਰੀਰਕ ਤੌਰ ਤੇ ਜਿਵੇਂ ਗੁਰਦੇ ਫੇਲ ਕੋਈ ਹੋਰ ਬਿਮਾਰੀ ਜਿਵੇਂ ਦਮਾ ਜਾਂ ਹੋਰ ਕਈ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਜਿਸ ਦੇ ਵਿੱਚ ਬਾਈਪਾਸ ਸਰਜਰੀ ਔਖੀ ਹੁੰਦੀ ਹੈ ਉਹਨਾਂ ਮਰੀਜ਼ਾਂ ਨੂੰ ਉਹਨਾਂ ਮਰੀਜ਼ਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਚੀਜ਼ ਰਹਿੰਦਾ ਮੈਂ ਇੱਥੇ ਬਹੁਤ ਸਾਲ ਤੋਂ ਕੰਮ ਕਰ ਰਹੀ ਹੈ ਤੇ ਇੱਕ ਸਾਲ ਤੋਂ ਅਸੀਂ ਈਸੀਪੀ ਕਰ ਰਹੇ ਈਸੀਪੀ ਨਾਲ ਪੇਸ਼ੈਂਟ ਇੰਨੇ ਜ਼ਿਆਦਾ ਇੰਪਰੂਵ ਹੋਇਆ ਕਿ ਅਸੀਂ ਸੋਚ ਵੀ ਨਹੀਂ ਸਕਦੇ ਕਿ ਇੰਨੇ ਅੱਛੇ ਇੰਪਰੂਵ ਕਰਨਗੇ ਪੇਸ਼ੈਂਟ ਬਹੁਤ ਸਾਰੇ ਪੇਸ਼ੈਂਟ ਬਾਈਪਾਸ ਕਰਵਾ ਕੇ ਆਏ ਨੇ ਉਹ ਵੀ ਸਾਰੇ ਪੇਸ਼ੈਂਟ ਈਸੀਪੀ ਨਾਲ ਠੀਕ ਹੋਏ ਨੇਗੇ ਕਈ ਪੇਸ਼ੈਂਟਾਂ ਨੂੰ ਅਸੀਂ ਚੱਕ ਕੇ ਲਿਆ ਕੇ ਆਂਦੇ ਦੇਖਿਆ ਹੈਗਾ ਤੇ ਇਥੋਂ ਪੈਦਲ ਚੱਲ ਕੇ ਜਾਂਦੇ ਆ ਔਰ ਪੇਸ਼ੈਂਟ ਬਹੁਤ ਹੀ ਖੁਸ਼ ਨੇਗੇ ਸੀਵੀਐਮ ਮੈਡੀਕਲ ਸੈਂਟਰ ਵਿੱਚ ਕਾਫੀ ਸਾਲਾਂ ਤੋਂ ਕੰਮ ਨੇ ਇਥੇ ਦਿਲ ਦੇ ਕਾਫੀ ਪੇਸ਼ੈਂਟਸ ਆਂਦੇ ਨੇ ਉਹ ਲਗਵਾ ਕੇ ਆਪਣਾ ਇਲਾਜ ਕਰਵਾਉਂਦੇ ਨੇ ਔਰ ਉਹ ਕਾਫੀ ਹੱਦ ਤੱਕ ਠੀਕ ਨੇ ਮੈਂ ਨੀਰੂ ਸੀਵੀਐਮ ਮੈਡੀਕਲ ਸੈਂਟਰ ਮੈਂ ਬਹੁਤ ਸਾਲੋਂ ਸੇ ਕੰਮ ਕਰ ਰਹੀ ਹੂੰ ਯਹਾਂ ਪਰ बाईपास वाले और पेशेंट और विदाउट बाईपास वाले पेशेंट आते हैं और हमारा ईसीपी ट्रीटमेंट लेते हैं जो यहाँ से बिल्कुल ठीक होके जाते हैं मैं मनजीत सिंह सीबीआई मेडिकल सेंटर लुधियाना विच लैब चला रहा है असी देखा है कि इतने जो मरीज ट्रीटमेंट कराते हैं पहला दे जड़ी रिपोर्ट होंगी है वो ट्रीटमेंट कराने तो बाद काफ़ी ठीक होंगे है मैं डॉक्टर प्रनीत पड़िंग सीबीआई मेडिकल सेंटर लुधियाना विच एज अ काउंसलर वर्क कर रही हूँ रोंग डाइटरी हैबिट्स जिवें कि गलत खाना लाइफस्टाइल और स्ट्रेस डिजीज सारी डिजीज़ जिवें डायबिटीज और कार्डियक हार्ट डिजीज इहदा अंडरलाइंग रीजन हैगा ते असी सीबीआई मेडिकल सेंटर दे विच किस तरह ठीक खाना खाना लाइफस्टाइल किवें मेनटेन करना है स्ट्रेस मैनेजमेंट किवें करनी है यह सब टीच करते हैं ताकि वह हुण भी ठीक होण ते अगों अपनी लाइफस्टाइल ठीक रखन मैं डॉक्टर सुखविंदर सिंह सिबिया मिसेस सिबिया और मैं असी मेडिटेशन और लाइफस्टाइल मैनेजमेंट के कोर्सेज भी टीच कर दिया ਸਾਡਾ ਕਹਿੰਦਾ ਸਾਥੀ ਦਾ ਸ਼ੁਰੂ ਆਈ ਹੋਣਾ ਅਸੀਂ ਦਿੱਲੀ ਗਏ ਉਹਨਾਂ ਨੇ ਕੀਤਾ ਆਪਣਾ ਪ੍ਰੈਸਰਾ ਐਂਜੋਗ੍ਰਾਫੀ ਕਰਾ ਕੇ ਕਰਦੇ ਰਹੇ 18 ਦਿਨ ਠੀਕ ਰਹੇ 18 ਦਿਨ ਬਾਅਦ ਉਹ ਬਾਅਦ ਦਰਦ ਫੇਰ ਸ਼ੁਰੂ ਹੋ ਗਿਆ ਉਹ ਬਾਅਦ ਫੇਰ ਉਹਨਾਂ ਕੋਲ ਗਏ ਉਹ ਕਹਿੰਦੇ 6 ਮਹੀਨੇ ਬੈਠ ਕੇ ਦਵਾਈ ਖਾਓ ਫਿਰ ਦਵਾਈ ਖਾਂਦੇ ਰਹੇ ਉਸ ਤੋਂ ਬਾਅਦ ਉਹ ਕਹਿੰਦੇ ਆਪਰੇਸ਼ਨ ਕਰਾਓ ਬਾਈਪਾਸ ਸਰਜਰੀ ਇੰਨੇ ਸਾਡੇ ਕੋਲ ਪੈਸੇ ਗਜਾਇਸ਼ ਨਹੀਂ ਸੀ ਹੁਣ ਅਸੀਂ 9 ਤਾਂ ਲਵਾ ਚੁੱਕੇ ਹਾਂ ਹੁਣ ਬਿਲਕੁਲ ਹੀ ਤੁਰਦੇ ਫਿਰਦੇ ਹਾਂ ਬਿਲਕੁਲ ਮੈਂ ਪਿੰਡ ਗਲੋਟੀ ਤੋਂ ਜਗਜੀਤ ਸਿੰਘ ਮੋਗਾ ਜ਼ਿਲ੍ਹੇ ਤੋਂ ਆਇਆ ਹਾਂ ਮੈਨੂੰ ਹਾਰਟ ਦੀ ਤਕਲੀਫ ਸੀ ਇੱਥੇ ਆਣ ਕੇ ਮੈਂ ਡਾਕਟਰ ਸਿਵੀਆ ਨੂੰ ਮਿਲਿਆ ਉਹਨਾਂ ਨੇ ਮੇਰੀ ECG ਕੀਤੀ ਉਹਦੇ 'ਚ ਉਹਨਾਂ ਨੇ ਹਾਰਟ ਦੀ ਮਤਲਬ ਆਕਸੀਜਨ ਘੱਟ ਜਾਣ ਕਰਕੇ ਤਕਲੀਫ ਦੱਸੀ ਉਹ ਮੈਂ ECP 17 ਕਰਾ ਲਈਆਂ ਹੁਣ ਅੱਗੇ ਨੂੰ ਠੀਕ ਹਾਂ